ਮੈਂ ਜਗਦੀਸ਼ ਸਿੰਘ ਤੇ ਮੈਂ ਗੁਰਜੀਤ ਸਿੰਘ ਅਸੀਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਟਾਕਿੰਗ ਸਰਦਾਰ ਅਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਬਾਰੇ ਜੋ ਪਿਛਲੇ ਕੁਝ ਸਮੇਂ ਤੋਂ ਬਹੁਤ ਹੀ ਉਤਾਰ ਤੇ ਚੜ੍ਹਾਅ ਦੇ ਦੌਰ ਦੇ ਵਿੱਚੋਂ ਲੰਘ ਰਹੀ ਹੈ ਸੋ ਗੁਰਜੀਤ ਸਿੰਘ ਜੀ ਸਾਡੇ ਜੋ ਟਰੱਕਾਂ ਵਾਲੇ ਵੀਰ ਭਰਾ ਨੇ ਉਹ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਹਾਂਜੀ ਜਗਦੀਸ਼ ਸਿੰਘ ਜੀ ਟਰੱਕਿੰਗ ਉਦਯੋਗ ਇਸ ਸਮੇਂ ਕਾਫੀ ਸੰਘਰਸ਼ ਵਿੱਚੋਂ ਲੰਘ ਰਿਹਾ ਹੈ ਜਿਵੇਂ ਕਿ ਆਪਾਂ ਝਾਤ ਮਾਰੀਏ ਜਿਹੜਾ 2018 ਸੀ ਹਾਂਜੀ ਉਹ ਈਅਰ ਬੜਾ ਵਧੀਆ ਰਿਹਾ ਟਰੱਕਿੰਗ ਵਾਸਤੇ ਪਰ 2019 ਵਿੱਚ ਕਾਫੀ ਸੰਘਰਸ਼ ਕਰਨਾ ਪਿਆ ਟਰੱਕਿੰਗ ਨੂੰ ਆਲਮੋਸਟ ਜਿਹੜੀਆਂ 1100 ਕੰਪਨੀਆਂ ਸੀ ਅੱਛਾ ਜੀ 2019 ਵਿੱਚ ਉਹਨਾਂ ਨੇ ਬੈਂਕਰਪਸੀਆਂ ਕੀਤੀਆਂ ਹੋਈਆਂ ਨੇ ਓਕੇ ਹਾਂਜੀ ਸੋ ਗੁਰਜੀਤ ਸਿੰਘ ਜੀ 1100 ਕੰਪਨੀਆਂ ਨੇ 2019 ਦੇ ਵਿੱਚ ਬੈਂਕਰਪਸੀ ਫਾਈਲ ਕੀਤੀ ਸੀ ਸੋ ਜੋ ਹੁਣ ਮੌਜੂਦਾ ਹਾਲਾਤ ਨੇ ਉਹ ਇਸ ਟਾਈਮ ਟਰੱਕਿੰਗ ਦੇ ਕੀ ਨੇ ਜੇ ਦੇਖਣ 'ਚ ਆਇਆ ਕਿ ਸਪਲਾਈ ਲਾਈਨ ਵੀ ਜਿਹੜੀ ਹੈ ਉਹਦੀ ਵੀ ਸ਼ਾਰਟੇਜ ਚੱਲ ਰਹੀ ਹੈ ਜਾਂ ਡਰਾਈਵਰਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਮਾਰਕੀਟ 'ਚ ਸ਼ਾਰਟੇਜ ਆ ਇਹਦੇ ਬਾਰੇ ਕੀ ਕੀ ਤੁਹਾਡਾ ਵਿਚਾਰ ਹੈ ਹਾਂਜੀ ਜੀ ਜਿਹੜੀ ਕੋਵਿਡ ਆ ਉਹਨੇ ਸਪਲਾਈ ਚੇਨ ਬੜੀ ਪ੍ਰਭਾਵਿਤ ਕੀਤੀ ਹੈ ਬਿਲਕੁਲ ਜੀ ਸਪਲਾਈ ਚੇਨ ਪ੍ਰਭਾਵਿਤ ਹੋਣ ਦੇ ਕਾਰਨ ਨਾ ਤੇ ਜਿਹੜੇ ਟਰੱਕਿੰਗ ਪਾਰਟਸ ਆ ਉਹ ਅਵੇਲੇਬਿਲਿਟੀ ਨਹੀਂ ਹੈਗੇ ਫਿਰ ਵਰਕਰ ਦੀ ਕਮੀ ਆ ਬਿਲਕੁਲ ਸੋ ਵਰਕਰ ਦੀ ਕਮੀ ਹੋਣ ਦੇ ਕਾਰਨ ਜਿਹੜੀ ਰਿਪੇਅਰ ਆ ਉਹ ਬਹੁਤ ਜ਼ਿਆਦਾ ਮਹਿੰਗੀ ਹੋਈ ਹੈ ਬਿਲਕੁਲ ਹਾਂਜੀ ਜੇ ਵੇਖਿਆ ਜਾਵੇ ਕੋਵਿਡ ਦੇ ਕਰਕੇ ਤੇ ਖੈਰ ਟਰੱਕਿੰਗ ਇੰਡਸਟਰੀ ਹੀ ਨਹੀਂ ਪੂਰੀ ਦੁਨੀਆ ਦੇ ਉੱਪਰ ਹੀ ਇਹਦਾ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਿਆ ਨਾ ਕਿ ਅਸੀਂ ਜੇ ਦੇਖੀਏ ਸਿਰਫ ਟਰੱਕਿੰਗ ਇੰਡਸਟਰੀ ਨਹੀਂ ਕੇਵਲ ਰੈਸਟੋਰੈਂਟ ਇੰਡਸਟਰੀਜ਼ ਵੇਖਿਆ ਜਾਵੇ ਚਾਹੇ ਉਹ ਲੇਬਰ ਹੈ ਆਮ ਵੇਅਰ ਹਾਊਸਿਸ ਦੇ ਵਿੱਚ ਦੇਖਿਆ ਜਾਵੇ ਹਰ ਬੰਨੇ ਹੀ ਇਸ ਦੀ ਸ਼ਾਰਟੇਜ ਰਹੀ ਹੈ ਇਹ ਇਸਨੇ ਇਕਨੋਮਿਕਲੀ ਜੇ ਵੇਖਿਆ ਜਾਵੇ ਇਸ ਚੀਜ਼ ਨੂੰ ਹਰ ਦੇਸ਼ ਨੂੰ ਬਹੁਤ ਮਾਤ ਪਾਈ ਹੈ ਬਿਲਕੁਲ ਜੀ ਜਿਹੜੀ ਟਰੱਕਿੰਗ ਇੰਡਸਟਰੀ ਆ ਇਹ ਆਲਮੋਸਟ ਜਿਹੜੀ ਗਲੋਬਲ ਇਕਨੋਮੀ ਆ ਹਾਂਜੀ 12% ਜਿਹੜੀ ਆ ਇਹ ਪ੍ਰਭਾਵਿਤ ਕਰਦੀ ਹੈ ਟਰੱਕਿੰਗ ਇੰਡਸਟਰੀ ਤੇ 40% ਗਲੋਬਲ ਇਕਨੋਮੀ ਜਿਹੜੀ ਟਰੱਕਿੰਗ ਇੰਡਸਟਰੀ ਦੇ ਉੱਤੇ ਡਿਪੈਂਡੈਂਟ ਹੈ ਜੀ ਫ੍ਰੇਟ ਦਾ ਸੋ ਜੇ ਟਰੱਕਿੰਗ ਇੰਡਸਟਰੀ ਵਿੱਚ ਕੋਈ ਵੀ ਹਲਚਲ ਹੁੰਦੀ ਹੈ ਤੇ ਬੇਸਿਕਲੀ ਉਹ ਜਿਹੜਾ ਕੋਈ ਵੀ ਇਕਨੋਮੀ ਦਾ ਫੈਕਟਰ ਜ਼ਰੂਰ ਪਊਗਾ ਕਿਸੇ ਵੀ ਕੰਟਰੀ ਵਿੱਚ ਬਿਲਕੁਲ ਸੋ ਗੁਰਜੀਤ ਸਿੰਘ ਜੀ ਜਿਵੇਂ ਦੇਖਿਆ ਗਿਆ ਪਿਛਲੇ 2 ਸਾਲਾਂ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਚਾਹੇ ਉਹ ਟਰੱਕਸ ਨੇ ਟ੍ਰੇਲਰ ਨੇ ਚਾਹੇ ਟਰੱਕਾਂ ਦੇ ਪਾਰਟ ਨੇ ਇਹਨਾਂ ਦੀ ਸਪਲਾਈ ਚੇਨ ਦੇ ਵਿੱਚ ਬਹੁਤ ਸ਼ਾਰਟੇਜ ਰਹੀ ਹੈ ਤੇ ਸਾਡੇ ਕਾਫੀ ਡਰਾਈਵਰ ਵੀਰ ਜਿਹੜੇ ਨੇ ਓਨਰ ਆਪਰੇਟਰ ਕਾਰਪੋਰੇਸ਼ਨਸ ਨੇ ਇਹਨਾਂ ਨੂੰ ਕਾਫੀ ਲੰਬਾ ਇੰਤਜ਼ਾਰ ਕਰਨਾ ਪਿਆ ਇਹ ਚੀਜ਼ਾਂ ਨੂੰ ਪਾਉਣ ਵਾਸਤੇ ਕੀ ਸਪਲਾਈ ਚੇਨ ਨੂੰ ਲੈ ਕੇ ਇਹ ਸਿਚੁਏਸ਼ਨ ਅਜੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਹਾਂਜੀ ਬਿਲਕੁਲ ਜਗਦੀਸ਼ ਸਿੰਘ ਜੀ ਇਹ ਬੜਾ ਵਧੀਆ ਸਵਾਲ ਕੀਤਾ ਤੁਸੀਂ ਸਪਲਾਈ ਚੇਨ ਜਿਹੜੀ ਆ ਅਜੇ ਵੀ ਆਲਮੋਸਟ ਉਸੇ ਤਰ੍ਹਾਂ ਹੀ ਹੈ ਜਿਹੜੇ ਪਾਰਟਸ ਆ ਉਹਨਾਂ ਦੀ ਅਵੇਲੇਬਿਲਟੀ ਬਹੁਤ ਘੱਟ ਆ ਤੇ ਜੇ ਕਿਸੇ ਨੇ ਨਵੇਂ ਟਰੱਕ ਵੀ ਲੈਣੇ ਨੇ ਨਵੇਂ ਟਰੱਕਾਂ ਦੀ ਅਵੇਲੇਬਿਲਟੀ ਵੀ ਇਦਾਂ ਹੈ ਕਿ ਜੇ ਕੋਈ 7000 ਟਰੱਕ ਜਿੱਦਾਂ ਵੱਡੀਆਂ ਕੰਪਨੀਆਂ ਜ਼ਿਆਦਾ ਅਮਾਉਂਟ ਕਰਦੀਆਂ ਨੇ ਆਰਡਰ ਹਨਾ ਜੇ ਕੋਈ 7000 ਕਰਿਆ ਤਾਂ ਉਹਨਾਂ ਨੂੰ ਆਲਮੋਸਟ 1 ਸਾਲ ਦੀ ਵੇਟਿੰਗ ਕਰਨ ਤੋਂ ਬਾਅਦ ਵੀ 1000 ਜਾਂ 2000 ਟਰੱਕ ਮਿਲਦੇ ਨੇ ਠੀਕ ਹੈ ਜੀ ਹਾਂਜੀ ਪਰ ਇੱਥੋਂ ਹੀ ਨਹੀਂ ਇੱਥੇ ਬਸ ਨਹੀਂ ਆ ਕਿ ਅਸੀਂ ਸੁਣਨ 'ਚ ਆ ਰਿਹਾ ਹੈ ਕਿ ਜਿਹੜੀਆਂ ਮੁਸੀਬਤਾਂ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਘੱਟ ਨਹੀਂ ਸੀ ਕਿ ਜਿੱਥੇ AB5 ਵਰਗੇ ਕਾਲੇ ਬੱਦਲ ਵੀ ਮੰਡਰਾਉਣੇ ਸ਼ੁਰੂ ਕਰਕੇ ਨੇ ਹੁਣ AB5 ਐਕਚੁਅਲ 'ਚ ਹੈ ਕੀ ਸੋ AB5 ਦੀ ਵਧੇਰੇ ਜਾਣਕਾਰੀ ਲੈਣ ਵਾਸਤੇ ਅਸੀਂ ਪਹੁੰਚੇ ਸਰਤਾਜ ਸਹੋਤਾ ਜੀ ਕੋ ਜੋ ਨੇ ਪ੍ਰੈਜ਼ੀਡੈਂਟ ਸਹੋਤਾ ਟੈਕਸ ਸਰਵਿਸਿਜ਼ ਡਬਲਿਨ ਤੋਂ ਆਓ ਜਾਣੀਏ ਉਹਨਾਂ ਦੇ ਕੀ ਵਿਚਾਰ ਨੇ ਜੀ ਸਤਿ ਸ਼੍ਰੀ ਅਕਾਲ ਟਾਕਿੰਗ ਸਰਦਾਰ ਦੇਖਣ ਵਾਲੇ ਸਾਰੇ ਵੀਰਾਂ ਨੂੰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਤੇ ਅੱਜ ਅਸੀਂ ਗੱਲ ਕਰਾਂਗੇ ਜੀ AB5 ਜਿਹੜਾ ਕਿ ਅਸੈਂਬਲੀ ਬਿੱਲ 5 ਇਹਦਾ ਪੂਰਾ ਨਾਂ ਹੈਗਾ ਲਾਅ ਦਾ ਜਿਹੜਾ ਕੈਲੀਫੋਰਨੀਆ ਦਾ ਨਵਾਂ ਲਾਅ ਹੈ ਇਹਦੇ ਵਿੱਚ ਮੇਨ ਜਿਹੜਾ ਮੁੱਦਾ ਹੈਗਾ ਉਹ ਇਹ ਹੈਗਾ ਕਿ ਇਹਨੇ ਲਾਅ ਨੇ ਇੰਡੀਪੈਂਡੈਂਟ ਕੰਟਰੈਕਟਰ ਅਤੇ W2 ਵਰਕਰ ਦੀ ਕਲਾਸੀਫਿਕੇਸ਼ਨ ਨੂੰ ਕਲੈਰੀਫਾਈ ਕੀਤਾ ਹੈ ਸੋ ਕੈਲੀਫੋਰਨੀਆ ਨੇ ਬੇਸਿਕਲੀ ਡਿਸਾਈਡ ਕੀਤਾ ਕਿ ਅਸੀਂ ਕਲੈਰੀਫਿਕੇਸ਼ਨ ਚਾਹੁੰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਕਿਸ ਤਰੀਕੇ ਨਾਲ ਇਹਨੂੰ ਡਿਟਰਮਿਨ ਕੀਤਾ ਜਾਏ ਕਿ ਕੌਣ ਇੱਕ W2 ਇੰਪਲੋਈ ਹੋਊਗਾ ਅਤੇ ਕੌਣ ਇੰਡੀਪੈਂਡੈਂਟ ਕੰਟਰੈਕਟਰ ਹੋਏਗਾ ਸੋ ਉਹਦੇ ਲਈ ਇਹਨਾਂ ਨੇ ਇੱਕ 3-pronged ਟੈਸਟ ਰੱਖਿਆ ਜਿਹਨੂੰ ਕਿ ABC ਟੈਸਟ ਕਹਿੰਦੇ ਆ ਜਿਹਦੇ ਵਿੱਚ ਕਿ ਜਿਹੜੀ ਏ ਅਤੇ ਸੀ ਕੰਡੀਸ਼ਨਸ ਹੈ ਉਹ ਈਜ਼ੀ ਹੈਗੀਆਂ ਆਪਾਂ ਜੇ ਟਰੱਕਿੰਗ ਇੰਡਸਟਰੀ ਦਾ ਲੈ ਕੇ ਚੱਲੀਏ ਤਾਂ ਉਹਦੇ ਵਿੱਚ ਕਾਫੀ ਸਾਰੇ ਲੋਕ ਏ ਅਤੇ ਸੀ ਮੀਟ ਕਰੂਗੇ ਕ੍ਰਾਈਟੇਰੀਆ ਇਹਦੇ ਵਿੱਚ ਹੈਗਾ ਕਿ ਜਿਹੜਾ ਬਿਜ਼ਨਸ ਓਨਰ ਜਿਹਦੇ ਨਾਲ ਤੁਸੀਂ ਕੰਮ ਕਰ ਰਹੇ ਹਾਂ ਉਹ ਇੱਕ ਇੰਡੀਪੈਂਡੈਂਟ ਕੰਟਰੈਕਟਰ ਹੈ ਸੋ ਉਹਦਾ ਤੁਸੀਂ ਡਾਇਰੈਕਸ਼ਨ ਨਹੀਂ ਤੁਸੀਂ ਉਹਨੂੰ ਦੇ ਸਕਦੇ ਉਹਦਾ ਕੰਮ ਕਰਨ ਦਾ ਟਾਈਮ ਆਪਣਾ ਹੋਊਗਾ ਉਹਦੇ ਜੇ ਟਰੱਕ ਡਰਾਈਵਰ ਹੈਗਾ ਤਾਂ ਉਹਦੀ ਲਾਇਸੈਂਸ ਪਲੇਟਾਂ ਆਪਣੀਆਂ ਇੰਸ਼ੋਰੈਂਸ ਆਪਣੀ ਹੈ ਉਹ ਇੱਕ ਟੋਟਲੀ ਇੰਡੀਪੈਂਡੈਂਟ ਯੂਨਿਟ ਹੈਗੀ ਹੈ ਐਂਡ ਉਹਦੇ 'ਤੇ ਕੋਈ ਤੁਹਾਡਾ ਕੰਟਰੋਲ ਨਹੀਂ ਹੈ
सो ए क्लासीफिकेशन काफ़ी आप मीट कर कर जाने विच इज़ फाइन। जिहड़ा सी क्लासीफिकेशन हैगी है ए बी सी दे विच, वो हैगी है कि जो काम उहदा मेन काम है, जिदा लेट्स से इट्स अ ट्रकर एंड जो ट्रकिंग दे विच हैगा ते ओहो मेन उहदा जिहड़ा बिजनेस हैगा ट्रकिंग है एंड वो तुहाडे नाल एज अ कॉन्ट्रैक्टर ट्रकिंग च ही काम कर रहा, सो दैट विल क्वालिफाई हिम फॉर दैट। पर जिहड़ा बी टैसट है, ये सब तो हार्ड टैसट हैगा, किसी होर स्टेट दे विच इन्ना हार्ड क्लासीफिकेशन नहीं हैगी है। उहदे विच उन्होंने कहा है कि जे तुसी एक प्रोफेशन च लेट्स से तुसी ट्रकर हैगे हैं ते तुसी अगे किसी नूं इंडिपेंडेंट कॉन्ट्रैक्टर रखते हैं ते वो भी ट्रकिंग दे विच ही है, सो तुसी ए क्वालिफिकेशन फेल कर जाने हैं और तुसी ए बी टैस ए बी सी टैसट दे विच ए क्वालिफिकेशन फेल कर रहे हैं ते तुसी उहनूं एज एन इंडिपेंडेंट कॉन्ट्रैक्टर नहीं कह सकते। इंडिपेंडेंट कॉन्ट्रैक्टर होने लई तुसी जिद्दां किसी बंदे नूं हायर करदे, लेट्स से फॉर एग्जाम्पल जे कोई ट्रकर है ते वो मैकेनिक नूं हायर करता है कुछ काम करन लई अपने ट्रकिंग दे उत्ते, ते वो उहनूं 1099 दे सकदा क्योंकि मैकेनिक दा प्रोफेशन डिफरेंट है ट्रकिंग दा नालों। सो ए क्लासीफिकेशन करके इन्होंने प्रीटी मच जिन्ने इंडिपेंडेंट ओनर ऑपरेटर हैगे आ उन्होंने यू नो तकरीबन उन्हों का बिजनेस बंद ही कर दिता है। सो दैट यू नो बेसिकली ये लॉ जिहड़ा हैगा 2019 दे विच एंड ऑफ 2019 च पास होया, सुप्रीम कोर्ट दे विच इहनूं चैलेंज भी किया गया ते सुप्रीम कोर्ट ने इहनूं कहा कि नहीं दिस इज़ अ गुड लॉ, वी स्टैंड बिहाइंड इट। सो एज ऑफ जनवरी 2020 ए बी फाइव इज़ ऑलरेडी अ लॉ। सो हुण आपां जे इह क्लासीफिकेशन मीट नहीं करते हैं, आपां ए बी सी टैसट फॉलो करके नहीं चलते हैं तो असी बेसिकली लॉ नूं ब्रेक कर रहे हैं और इहदे पेनल्टीज़ काफ़ी हाई और सिवियर हैगियां। एवरी टाइम यू डोंट मीट दिस क्राइटेरिया जां तुहाडी क्लासीफिकेशन गलत है तो तुसी 5000 टू $25,000 की पेनल्टी तुहानूं लगेगी बेसिकली फॉर ईच एम्प्लॉई। सो काफ़ी हार्श और काफ़ी सिवियर पेनल्टीज हैगियां एंड दिस इज़ पर इम्प्लॉई। सो यू नो जे तुहाडे 5 इम्प्लॉई है एंड गवर्नमेंट आके तुहानूं कहिंदी है कि भी तुसी ए बी फाइव के हिसाब नाल इन्हूं W2 ते नहीं रखिया 1099 रखिया ते तुहानूं काफ़ी पेनल्टीज़ दा यू नो बेसिकली फेस करनियां पैनियां। इहदे विच कुछ बैकग्राउंड इहदा इह है क्यों ये आया लॉ किद्दां आया, उहदे विच इदां है कि बेसिकली 2018 दे विच बहुत सारे केसिस यू नो ऊबर लिफ्ट गिग वर्कर्स दे आन कर बहुत सारे केसिस कोर्ट सिस्टम दे विच सिगे जेडे जिन्हां दे नाल के कोर्ट सिस्टम क्लॉग अप हो रहा सी और हर वारी यही सिगा कि कोई बड़ी कंपनी या यू नो बड़ा वड्डा कैरियर किसे छोटे इंडिविजुअल ड्राइवर दा या यू नो ओनर ऑपरेटर दा एक तरीके दा शोषण कर रहा सीगा, यू नो उन्हां दे नाल फेयर डील नहीं कर रहा सीगा। सो कैलिफोर्निया ने जदों ये सिस्टम ये सारा देखिया उन्होंने कहा कि भी दिस इज़ नॉट राइट, यू नो वी हैव टू प्रोटेक्ट आवर वर्कर्स। और दूजा डेफिनेटली इन्हां दा जिहड़ा रीज़न ये सीगा ए बी फाइव दे पिछे कि जिहड़ा पैसा तकरीबन $6 बिलियन हर साल दा लूज़ करदे है इन टैक्स रेवेन्यू जिहड़ा कि पेरोल टैक्सिस दे विचों यू नो आंदा है स्टेट नूं जिहनूं कि अगे वो यूज़ करदे आ। सो यू नो बाय डूइंग दिस इन्होंने दो तरीके दी चीज़ां कीतियां, बेसिकली एक तां अपना रेवेन्यू इनक्रीज़ कर लिया, दूजा इन्होंने वर्करस नूं प्रोटेक्ट करन लई ये लॉ नूं लैके आया। सो बेसिकली मेरी सारिआं तों यही मैं कहूँगा कि दिस इज़ ऑडियो लॉ, जे आपां इहदे हिसाब नाल नहीं चल रहे होण तो वी आर ब्रेकिंग द लॉ एंड उहदे काफ़ी सिवियर कॉन्सीक्वेंसिस सानू डील विद करने पै सकते हैं। थैंक यू, सत श्री अकाल।
ਇਹ ਸਨ ਸੋਹਤਾ ਸਾਹਿਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ। ਸੋ ਗੁਰਜੀਤ ਸਿੰਘ ਜੀ, ਜਿਵੇਂ ਸੋਹਤਾ ਸਾਹਿਬ ਨੇ ਦੱਸਿਆ AB5 ਬਾਰੇ, ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੰਪਲੋਈ ਅਤੇ ਇੰਪਲੋਇਰ ਦੇ ਵਿਚਕਾਰ, ਜਿਵੇਂ ਕਿ ਕਾਰਪੋਰੇਸ਼ਨ ਓਨਰ ਅਤੇ ਡਰਾਈਵਰਾਂ ਦੇ ਵਿਚਕਾਰ, ਇਹ ਕਿਸ ਤਰ੍ਹਾਂ ਦਾ ਰਿਲੇਸ਼ਨ ਜਿਹੜਾ ਉਹ ਉਹਨੂੰ ਚਾਹੇ ਉਹ ਨੈਗੇਟਿਵ ਜਾਂ ਪੋਜ਼ਿਟਿਵਲੀ ਇੰਪੈਕਟ ਕਰੇਗਾ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਹਾਂਜੀ ਜਗਦੀਸ਼ ਸਿੰਘ ਜੀ, ਇਹਨੇ ਕੈਲੀਫੋਰਨੀਆ ਜਿਹੜਾ ਹੈ ਇਹਦੇ ਵਿੱਚ ਆਪਣਾ ਪੰਜਾਬੀ ਭਾਈਚਾਰਾ ਜਿਹੜਾ ਆ ਬਹੁਤ ਵੱਡੇ ਪੱਧਰ 'ਤੇ ਟਰਕਿੰਗ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਬਿਲਕੁਲ ਜੀ, ਜਿਹੜਾ AB5 ਹੈ ਇਹ ਜ਼ਰੂਰ ਇੰਪੈਕਟ ਕਰੇਗਾ ਆਪਣੇ ਪੰਜਾਬੀ ਭਾਈਚਾਰੇ ਨੂੰ ਵੀ। ਉਹਦਾ ਕਾਰਨ ਇਹ ਹੈ ਕਿ ਜੇ ਹੁਣ ਆਪਾਂ ਕੋਈ ਵੀ ਨਿਊ ਹਾਇਰਿੰਗ ਕਰਦੇ ਹਾਂ ਨਾ, ਅਤੇ ਐਜ ਪਰ AB5 ਹੈਵ ਟੂ ਹੈਵ W2 ਆਪਾਂ ਨੂੰ ਦੇਣਾ ਹੀ ਪਵੇਗਾ ਕਿਸੇ ਵੀ ਡਰਾਈਵਰ ਨੂੰ। ਹਾਂਜੀ ਹਾਂਜੀ, ਸੋ ਪਹਿਲਾਂ ਇਹ ਹੁੰਦਾ ਸੀ ਕਿ ਜਿਹੜਾ ਕੋਈ ਵੀ ਡਰਾਈਵਰ ਆ ਜਦੋਂ ਆਪਾਂ ਹਾਇਰ ਕਰਦੇ ਸੀ ਉਹਨੂੰ ਆਪਾਂ 1099 ਦੇ ਦਿੰਦੇ ਸੀ, ਸੋ ਉਹ ਆਪਣੇ ਖਰਚੇ ਜਿਹੜੇ ਐਂਡ 'ਤੇ ਜਾ ਕੇ ਐਡਜਸਟ ਕਰ ਸਕਦੇ ਸੀ। ਹਾਂਜੀ, ਪਰ ਹੁਣ ਉਹਨਾਂ ਨੂੰ ਮੰਥਲੀ W2 ਜਦੋਂ ਆਪਾਂ ਦੇਵਾਂਗੇ ਤਾਂ ਉਹਨਾਂ ਨੂੰ ਮੰਥਲੀ ਆਪਣੇ ਟੈਕਸ ਕੱਟ ਕੇ ਫਿਰ ਜਿਹੜਾ ਬੈਲੈਂਸ ਹੋਊਗਾ ਉਹੀ ਪੇ। ਬੇਸਿਕਲੀ ਕੁੱਲ ਮਿਲਾ ਕੇ ਵੇਖਿਆ ਜਾਵੇ ਕਿ ਇੰਪਲੋਇਰ ਦੇ ਵੀ ਖਰਚੇ ਵੱਧ ਗਏ ਆ ਅਤੇ ਇੰਪਲੋਈ ਦੇ ਵੀ ਖਰਚੇ ਵੱਧ ਗਏ ਆ। ਸੋ ਇਹਦੇ ਲਈ ਇਹਦੀਆਂ ਜਿਹੜੀਆਂ ਸਮੱਸਿਆਵਾਂ ਨੇ, ਚਾਹੇ ਉਹ ਜਿਵੇਂ ਆਪਾਂ ਡਿਸਕਸ ਕੀਤਾ ਸੀ ਕਿ ਟਰੱਕਿੰਗ ਇੰਡਸਟਰੀ ਦੇ ਰਿਲੇਟਡ ਨੇ, ਚਾਹੇ AB5 ਦੇ, ਅਸੀਂ ਆਪਣੇ ਕੁਛ ਡਰਾਈਵਰ ਵੀਰਾਂ ਨਾਲ ਅਤੇ ਓਨਰ ਓਪਰੇਟਰਾਂ ਦੇ ਨਾਲ ਵੀ ਗੱਲ ਕੀਤੀ, ਆਓ ਜਾਣੀਏ ਉਹਨਾਂ ਦੇ ਕੀ ਵਿਚਾਰ ਨੇ। ਹਾਂਜੀ, ਟਾਕਿੰਗ ਸਰਦਾਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਮੁੜ ਤੋਂ ਸਵਾਗਤ ਹੈ, ਅਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਇੱਕ ਖਾਸ ਮੁਲਾਕਾਤ ਕਰਨ ਵਾਸਤੇ ਟਰੱਕਿੰਗ ਕਾਰਪੋਰੇਸ਼ਨ ਅਤੇ ਓਨਰ ਓਪਰੇਟਰਸ ਦੇ ਨਾਲ, ਅਤੇ ਸਾਡੇ ਨਾਲ ਨੇ ਇਸ ਟਾਈਮ ਪ੍ਰਦੀਪ ਸਿੰਘ ਜੋ ਨੇ ਰਾਜ ਟਰਾਂਸਪੋਰਟ ਤੋਂ। ਪ੍ਰਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਹਾਂਜੀ, ਸੋ ਪ੍ਰਦੀਪ ਸਿੰਘ ਜੀ, ਕੁਐਸਚਨ ਇਹ ਆ ਕਿ ਜਿਵੇਂ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਟਾਈਮ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿ ਤੁਹਾਨੂੰ ਕੀ ਲੱਗਦਾ ਜਿਹੜੇ ਖਾਸ ਕਰਕੇ ਓਨਰ ਓਪਰੇਟਰ ਨੇ, ਕੀ ਉਹ ਇਸ ਟਾਈਮ ਲੋਡਾਂ ਦੇ ਰੇਟਾਂ ਤੋਂ ਖੁਸ਼ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਆਪਾਂ ਵੇਖਿਆ ਜਾਵੇ ਜਿਹੜਾ ਕਰੋਨਾ ਦਾ ਟਾਈਮ ਚੱਲ ਰਿਹਾ ਸੀ 2019 ਤੋਂ ਲੈ ਕੇ 2021 ਦਾ ਜਿਹੜਾ ਟਾਈਮ ਸੀ ਜਦੋਂ, ਅਤੇ ਜਦੋਂ ਸ਼ੁਰੂਆਤ ਹੋਈ ਕਰੋਨਾ ਦੀ, ਅਤੇ ਉਸ ਟਾਈਮ ਦੇ ਵਿੱਚ ਟਰੱਕਿੰਗ ਇੰਡਸਟਰੀ ਕਾਫੀ ਹਿੱਲ ਚੁੱਕੀ ਸੀ, ਕਿ ਜਿਵੇਂ ਸਾਰਿਆਂ ਨੂੰ ਇਹ ਉਮੀਦ ਹੈਗੀ ਸੀ ਕਿ ਸ਼ਾਇਦ ਲੋਡਾਂ ਦੇ ਪ੍ਰਾਈਸ ਵੱਧ ਜਾਣਗੇ, ਪਰ ਉਹਨਾਂ ਟਾਈਮਾਂ 'ਤੇ ਪ੍ਰਾਈਸ ਘੱਟ ਗਏ ਇੱਕਦਮ ਹੀ, ਕਿਉਂਕਿ ਕਰੋਨਾ ਕਰਕੇ ਸਾਰੇ ਜਿੰਨੇ ਵੀ ਆਪਣੇ ਲੋਕ ਘਰ ਰਹਿਣ ਲੱਗ ਗਏ ਆ ਜਾਂ ਮਤਲਬ ਬਾਹਰ ਜਾਣਾ ਬੰਦ ਕਰ ਚੁੱਕੇ ਸੀ, ਪਰ ਉਹਨਾਂ ਟਾਈਮਾਂ ਦੇ ਉੱਪਰ ਜਦੋਂ ਲੋਕ ਘਰ ਰਹਿਣ ਕਰਕੇ ਡਿਮਾਂਡਸ ਜ਼ਿਆਦਾ ਵੱਧ ਚੁੱਕੀਆਂ ਸੀ। ਜੇ ਵੇਖਿਆ ਜਾਵੇ ਡਿਮਾਂਡਸ ਫੂਡ ਦੀ ਡਿਮਾਂਡ ਕਹਿ ਸਕੀਏ ਆਪਾਂ ਜਾਂ ਸਟੋਰੇਜ ਦੀ ਡਿਮਾਂਡ ਕਹਿ ਸਕੀਏ, ਕੁਝ ਵੀ ਚੀਜ਼ਾਂ ਜਿਹੜੀਆਂ ਆਪਾਂ ਡੇਲੀ ਬੇਸ ਜਿਹੜੀਆਂ ਯੂਜ਼ ਕਰ ਰਹੇ ਲੋਕ, ਉਹ ਆਲਮੋਸਟ 3 ਤੋਂ 4 ਗੁਣਾ ਵੱਧ ਚੁੱਕੀਆਂ ਸੀ ਲੋਕਾਂ ਦੀ ਯੂਜਸ ਵਿੱਚ। ਹੁਣ ਉਹਦੇ ਕਰਕੇ ਕਿ ਲੋਕਾਂ ਦਾ ਯੂਜਸ ਵਧਣ ਕਰਕੇ ਟਰੱਕਾਂ ਦੇ ਲੋਡ ਵੀ ਜ਼ਿਆਦਾ ਵੱਧ ਗਏ, ਲੋਡ ਵਧਣ ਕਰਕੇ ਪ੍ਰਾਈਸ ਵੀ ਜੇ ਵੇਖਿਆ ਜਾਵੇ ਜਿਹੜੇ ਪ੍ਰਾਈਸ ਆਲਮੋਸਟ ਚੱਲ ਰਹੇ ਸੀ ਉਸ ਪ੍ਰਾਈਸ ਤੋਂ 4 ਗੁਣਾ ਵੱਧ ਬ੍ਰੋਕਰ ਆਪਾਂ ਨੂੰ ਉਹਨਾਂ ਟਾਈਮਾਂ 'ਤੇ ਪੇ ਕਰ ਰਿਹਾ ਸੀ, ਅਤੇ ਜਿਹਦੇ ਵਧਣ ਕਰਕੇ ਲੋਡਾਂ ਦੇ ਪ੍ਰਾਈਸ ਵਧਣ ਕਰਕੇ ਲੋਡ ਵਧਣ ਕਰਕੇ ਹਰ ਇੱਕ ਬੰਦਾ ਆਪਣਾ ਕੋਈ ਸਿੰਗਲ ਓਨਰ ਆਪਰੇਟਰ ਸੀ ਜਾਂ ਕੋਈ ਸਮਾਲ ਫਲੀਟ ਹੈਗੀ ਸੀ, ਹਰ ਇੱਕ ਬੰਦੇ ਨੇ ਆਪਣੀ ਫਲੀਟ ਵਧਾਉਣ ਦੀ ਬੜੀ ਕੋਸ਼ਿਸ਼ ਕੀਤੀ ਉਸ ਟਾਈਮ ਦੇ ਵਿੱਚ। ਜੇ ਵੇਖਿਆ ਜਾਵੇ ਕੋਈ ਸਿੰਗਲ ਓਨਰ ਆਪਰੇਟਰ ਸੀ ਉਹਨੇ 10 ਟਰੱਕ ਕਰ ਲਏ ਜਾਂ ਕੋਈ ਵੱਡੀ ਫਲੀਟ ਸੀ ਉਹਨੇ ਆਪਣੇ 100 ਤੋਂ 200 ਟਰੱਕ ਕੀਤੇ ਗਏ ਆ, ਉਹਨਾਂ ਟਾਈਮਾਂ ਦੇ ਉੱਪਰ ਜ਼ਿਆਦਾ ਡਿਮਾਂਡ ਵਧਣ ਕਰਕੇ ਕਿ ਟਰੱਕਾਂ ਦੀ ਵੀ ਸ਼ੋਰਟੇਜ ਕਰਕੇ, ਕਿਉਂਕਿ ਟਰੱਕ ਆਲਮੋਸਟ ਉਸ ਟਾਈਮ ਦੇ ਵਿੱਚ ਬੰਦ ਹੋ ਚੁੱਕੇ ਸੀ ਮੰਨੇ, ਰਾਈਟ, ਕਿ ਟਰੱਕ ਦੀ ਪਿੱਛੋਂ ਮੈਨੂਫੈਕਚਰਿੰਗ ਬੰਦ ਹੋਣ ਕਰਕੇ ਜਿਹੜੇ ਵੀ ਆਲਰੇਡੀ ਮਾਰਕੀਟ ਦੇ ਵਿੱਚ ਟਰੱਕ ਹੈਗੇ ਸੀ ਉਹੀ ਲੋਕਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਸੀ, ਕਿ ਨਾ ਵੀ ਨਵੀਂ ਫੈਨ ਮੈਨੂਫੈਕਚਰਿੰਗ ਜਿਵੇਂ ਕਿ ਕਿਹਾ ਜਾਵੇ ਉਹ ਕਰੋਨਾ ਕਰਕੇ ਟੋਟਲੀ ਸ਼ਟਡਾਊਨ ਹੋ ਚੁੱਕੀ ਸੀ ਉਸ ਟਾਈਮ। ਰਾਈਟ ਰਾਈਟ, ਸੋ ਇੰਟਰਨੈਸ਼ਨਲ ਟ੍ਰੇਡ ਦਾ ਵੀ ਕੋਈ ਇੰਪੈਕਟ ਪਿਆ ਵਾ, ਕਿ ਜਿਵੇਂ ਚਾਈਨਾ ਤੋਂ ਜਿਵੇਂ ਕਾਫੀ ਸਟਾਕ ਪਹਿਲਾਂ ਅਮਰੀਕਾ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀ ਜਿਹਦੇ ਉੱਪਰ ਵੀ ਕਾਫੀ ਹੱਦ ਤੱਕ ਰੋਕ ਲੱਗੀ ਆ, ਕੀ ਉਸ ਚੀਜ਼ਾਂ ਦਾ ਵੀ ਕਾਫੀ ਬੁਰੇ ਤਰੀਕੇ ਨਾਲ ਇੰਪੈਕਟ ਪਿਆ ਟਰੱਕਿੰਗ ਇੰਡਸਟਰੀ ਦੇ ਉੱਪਰ? ਹਾਂਜੀ ਹਾਂਜੀ, ਜਿਵੇਂ ਵੇਖਿਆ ਜਾਵੇ ਕਿ ਆਪਣਾ ਹੁਣ ਇਸ ਟਾਈਮ ਜਿਵੇਂ ਵਾਰ ਚੱਲ ਰਹੀ ਆ ਰਸ਼ੀਆ ਦੇ ਨਾਲ, ਵਾਰ ਚੱਲ ਰਹੀ ਆ ਆਪਣਾ ਯੂਕਰੇਨ ਦੀ, ਉਹਦੇ ਕਰਕੇ ਕਿ ਇੰਟਰਨੈਸ਼ਨਲ ਜਿਹੜਾ ਆਪਣਾ ਵਾ ਜਿਵੇਂ ਇੰਪੋਰਟ ਐਕਸਪੋਰਟ ਦਾ ਕਹਿ ਸਕੀਏ ਕਿ ਜਿਵੇਂ ਚਾਈਨਾ ਜਿਹੜਾ ਹੈਗਾ ਵਾ ਉਹਨੇ ਕਾਫੀ ਟਾਈਮ ਤੋਂ ਉਹਨੇ ਅਮੈਰੀਕਾ ਨੂੰ ਸਪਲਾਈ ਦੇਣੀ ਬੰਦ ਕਰ ਚੁੱਕੇ ਆ, ਕਿ ਜਿਹੜੇ ਵੀ ਆਪਣੀ ਜੇ ਵੇਖਿਆ ਜਾਵੇ ਇੰਪੋਰਟ ਐਕਸਪੋਰਟ ਜਿਹੜੀ ਅਮੈਰੀਕਾ ਦੀ ਹੋ ਰਹੀ, ਭਾਵੇਂ ਟਰੱਕਿੰਗ ਬੇਸ 'ਤੇ ਪਾਰਟ ਲੈ ਲਈਏ ਕੋਈ ਵੀ ਆਪਾਂ ਪਾਰਟ ਲੈ ਲਈਏ, ਸਾਰੇ ਜਿਹੜੇ ਚਾਈਨਾ ਤੋਂ 70% ਜਿਹੜੇ ਪਾਰਟ ਆਪਾਂ ਉੱਥੋਂ ਆ ਰਹੇ ਸੀ ਅਤੇ ਆਲਰੇਡੀ ਮੈਨੂਫੈਕਚਰਿੰਗ ਬੰਦ ਹੋਣ ਕਰਕੇ ਕਾਫੀ ਇਹ ਚੀਜ਼ ਦਾ ਇੰਪੈਕਟ ਪਿਆ ਵਾ। ਅਤੇ ਜੇ ਵੇਖਿਆ ਜਾਵੇ ਜਿਵੇਂ ਲੋਡਸ ਹੈਗੇ ਜਿਹੜੇ ਆਪਣਾ ਕੋਈ ਡਰਾਈ ਲੋਡਸ ਹੋ ਸਕੇ ਆ ਜਾਂ ਕੋਈ ਵੀ ਆਪਣਾ ਵਾ ਫਰੇਡ ਹੋ ਸਕੀ ਆ, ਉਹ ਸਾਰੇ ਬੰਦ ਹੋਣ ਕਰਕੇ ਕਿ ਲੋਡਾਂ ਦੀ ਮਤਲਬ ਜਿਹੜੀ ਰੇਸ਼ੋ ਗਈ ਆ ਉਹ ਘੱਟ ਚੁੱਕੀ ਆ, ਅਤੇ ਜੇ ਲੋਡਾਂ ਦੀ ਰੇਸ਼ੋ ਘਟੀ ਆ ਤਾਂ ਸਿੱਧੀ ਗੱਲ ਆ ਕਿ ਪ੍ਰਾਈਸ ਵੀ ਉਸੇ ਕਰਕੇ ਡਰੋਪਡ ਕਰ ਚੁੱਕੇ ਆ ਲੋਡਾਂ ਦੇ। ਰਾਈਟ ਰਾਈਟ ਰਾਈਟ, ਸੋ ਪ੍ਰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਹੁਣ ਗੱਲ ਕਰਦੇ ਹਾਂ ਗਗਨਦੀਪ ਸਿੰਘ ਅਤੇ ਜਗਰੂਪ ਪੰਨੂ ਦੇ ਨਾਲ ਜੋ ਨੇ GP ਬ੍ਰਦਰਸ ਤੋਂ। ਸੋ ਇੱਕ ਜਿਹੜੀ ਸਮੱਸਿਆ ਜਿਹੜੀ ਹੈ ਗਗਨਦੀਪ ਵੀਰ ਜੀ, ਉਹ ਦੇਖਣ 'ਚ ਆਈ ਹੈ ਕਿ ਜਿਹੜੇ ਟਰੱਕਾਂ ਦੇ ਜਿਹੜੇ ਡੀਜ਼ਲ ਦੇ ਪ੍ਰਾਈਸਿਸ ਨੇ ਉਹ ਉਹਨਾਂ ਦੀਆਂ ਕੀਮਤਾਂ ਵੱਧ ਗਈਆਂ ਨੇ, ਸੋ ਇਹਨਾਂ ਦਾ ਕੀ ਅਸਰ ਪਿਆ ਹੈ ਕੋਈ ਸੇਵਿੰਗਸ ਦੇ ਵਿੱਚ ਜਾਂ ਇਸ ਟਾਈਮ ਤੁਹਾਡੇ ਖਰਚਿਆਂ ਦੇ ਵਿੱਚ?
ਸੋ ਇੱਕ ਸੇਵਿੰਗ ਜੇ ਕਹਿ ਲਈਏ ਭਾਅ ਜੀ ਆਪਾਂ ਫਿਊਲ ਵਧਣ ਦੇ ਕਾਰਨ 30-35% ਸੇਵਿੰਗ ਜਿਹੜੀ ਟਰੱਕਰ ਕਰ ਰਹੇ ਸੀਗੇ ਉਹ ਘੱਟ ਚੁੱਕੀ ਹੈ ਰਾਈਟ ਫੋਰ ਐਗਜ਼ਾਮਪਲ ਆਪਾਂ ਇੱਕ ਗੱਲ ਕਰ ਲਈਏ ਭਾਅ ਜੀ ਜਿੱਦਾਂ ਈਸਟ ਦਾ ਇੱਕ ਗੇੜਾ ਜੇ ਆਪਾਂ ਲਾ ਕੇ ਆਉਂਦੇ ਸੀਗੇ ਤੋ ਪਹਿਲਾਂ ਜਿਹੜਾ ਤੇਲ ਸੀਗਾ ਜਿਹੜਾ ਜਾਂ ਗੈਸ ਸੀਗੀ ਜਿਹੜੀ ਆਪਾਂ ਨੂੰ 3,000 to 3,200 ਦੇ ਵਿੱਚ ਆਪਾਂ ਵਾਪਸ ਆ ਜਾਂਦੇ ਸੀ ਪਰ ਰਾਈਟ ਨਾ ਉਹੀ ਜਿਹੜਾ ਪ੍ਰਾਈਜ਼ ਆ ਉਹ 5,500 ਤੱਕ ਪਹੁੰਚ ਚੁੱਕਾ ਹੋਇਆ ਜਿਹਦੇ ਕਾਰਨ ਟਰੱਕਿੰਗ ਫਲੀਟ ਨੂੰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਝੱਲਣਾ ਪੈ ਰਿਹਾ ਰਾਈਟ 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 ਸੋ ਤੇਲ ਦੀਆਂ ਵੱਧਦੀਆਂ ਕੀਮਤਾਂ ਵੀ ਇੱਕ ਕਾਰਨ ਬਣੀਆਂ ਹੋਈਆਂ ਨੇ ਸੋ ਜਗਰੂਪ ਪੰਨੂ ਜੀ ਜਿਹੜੇ ਕਿ ਦੇਖਿਆ ਗਿਆ ਨਵੇਂ ਡਰਾਈਵਰਸ ਨੇ ਹੈ ਨਾ ਨਵੇਂ ਡਰਾਈਵਰਸ ਵੀ ਆ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਡਰਾਈਵਰਸ ਦੀ ਜਿਹੜੀ ਆ ਅਜੇ ਵੀ ਸ਼ੋਰਟੇਜ ਜਿਹੜੀ ਆ ਬਰਕਰਾਰ ਹੈ ਕਿਉਂਕਿ 2020-21 ਦੇ ਦਰਮਿਆਨ ਬੜੀ ਹੀ ਵੱਡੀ ਮਾਤਰਾ 'ਚ ਦੇਖਿਆ ਗਿਆ ਕਿ ਡਰਾਈਵਰਸ ਦੀ ਕਮੀ ਜਿਹੜੀ ਆ ਉਹ ਮਾਰਕੀਟ 'ਚ ਰਹੀ ਹੈ ਅਤੇ ਕੀ ਇਹ ਕਮੀ ਉਸੇ ਤਰ੍ਹਾਂ ਬਰਕਰਾਰ ਹੈ ਕਿ ਹਾਂ ਇਸ ਟਾਈਮ ਡਰਾਈਵਰਸ ਜਿਹੜੇ ਆ ਉਹ ਜ਼ਿਆਦਾ ਅਵੇਲੇਬਲ ਨੇ ਨਹੀਂ ਜੀ ਹੁਣ ਕਮੀ ਤਾਂ ਨਹੀਂ ਹੈਗੀ ਜੀ ਪਹਿਲਾਂ ਕਮੀ ਸੀ ਬਟ ਹੁਣ ਪੂਰੀ ਤਰ੍ਹਾਂ ਸਹੀ ਚੱਲ ਰਿਹਾ ਵਾ ਪਰ ਕਮੀ ਇਸ ਗੱਲੋਂ ਆ ਰਹੀ ਹੈ ਕਿ ਜਿਹੜੇ ਹੁਣ ਨਵੇਂ ਡਰਾਈਵਰ ਆ ਰਹੇ ਨੇ ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ ਰਾਈਟ ਸੋ ਘੱਟ ਐਕਸਪੀਰੀਅੰਸ ਹੋਣ ਦੇ ਕਰਕੇ ਉਹਨਾਂ ਨੂੰ ਇੰਸ਼ੋਰੈਂਸ ਦੇ ਵਿੱਚ ਐਡ ਕਰਨਾ ਮੁਸ਼ਕਲ ਆ ਸੋ ਸੇਫਟੀ ਨੂੰ ਲੈ ਕੇ ਇਸ ਚੀਜ਼ ਦੀ ਸਮੱਸਿਆ ਆ ਰਹੀ ਹੈ ਬਾਕੀ ਤਾਂ ਕੋਈ ਡਰਾਈਵਰਾਂ ਦੀ ਕਮੀ ਤਾਂ ਨਹੀਂ ਆ ਰਹੀ ਜੀ ਰਾਈਟ ਇਹ ਬਿਲਕੁਲ ਸਹੀ ਗੱਲ ਆ ਕਿ ਇੱਕ ਜਿਹੜੀ ਸੇਫਟੀ ਆ ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਜ਼ਰੂਰ ਹੋ ਰਹੀ ਆ ਜਿਹਦੇ ਕਰਕੇ ਰੋਡ ਦੇ ਉੱਪਰ ਹਾਦਸੇ ਵੀ ਵੱਧ ਰਹੇ ਨੇ ਜਿਹਦੇ ਕਰਕੇ ਇੰਸ਼ੋਰੈਂਸਿਸ ਵੀ ਵੱਧਦੀਆਂ ਨੇ ਅਤੇ ਜਿਹੜੇ ਖਰਚੇ ਨੇ ਟਰੱਕਿੰਗ ਕਾਰਪੋਰੇਸ਼ਨਸ ਦੇ ਉਹ ਵੀ ਉਹਦੇ ਨਾਲ ਵੱਧਦੇ ਨੇ ਸੋ ਇਹ ਜੀਪੀ ਬ੍ਰਦਰਸ ਤੋਂ ਜਗਰੂਪ ਪੰਨੂ ਅਤੇ ਗਗਨਦੀਪ ਸਿੰਘ ਇਹਨਾਂ ਦਾ ਵੀ ਬੜਾ ਧੰਨਵਾਦ ਹੈ ਸੋ ਆਓ ਗੱਲ ਕਰਦੇ ਹਾਂ ਹੁਣ ਅਸੀਂ ਸੁਰਜੀਤ ਕੈਲੇ ਜੀ ਦੇ ਨਾਲ ਜੋ ਨੇ ਕੈਲੇ ਟਰੱਕਿੰਗ ਤੋਂ ਸੋ ਸੁਰਜੀਤ ਭਾਅ ਜੀ ਤੁਹਾਡਾ ਤੇ ਸਵਾਗਤ ਹੈ ਪਹਿਲਾਂ ਸ਼ੋਅ ਦੇ ਵਿੱਚ ਥੈਂਕ ਯੂ ਭਾਅ ਜੀ ਥੈਂਕ ਯੂ ਹਾਂਜੀ ਵੈਲਕਮ ਹੈ ਜੀ ਸਾਡੇ ਯਾਰਡ ਵਿੱਚ ਥੈਂਕ ਯੂ ਜੀ ਸੋ ਸੁਰਜੀਤ ਭਾਅ ਜੀ ਇੱਕ ਚੀਜ਼ ਜਿਹੜੀ ਇੱਕ ਹੋਰ ਦੇਖਣ 'ਚ ਆਈ ਹੈ ਕਿ ਜਿਵੇਂ ਤੁਸੀਂ ਹੁਣ ਟਰੱਕਿੰਗ ਕਾਰਪੋਰੇਸ਼ਨ ਦੇ ਓਨਰ ਹੋ ਹੈ ਨਾ ਤੁਸੀਂ ਵੀ ਟਰੱਕ ਔਨ ਕਰਦੇ ਹੋ ਟ੍ਰੇਲਰ ਔਨ ਕਰਦੇ ਹੋ ਟਰੱਕਾਂ ਦੀ ਸਪਲਾਈ ਨੂੰ ਲੈ ਕੇ ਕੀ ਟਰੱਕਾਂ ਦੇ ਵਿੱਚ ਜਿਵੇਂ ਸ਼ੋਰਟੇਜ ਸੀ ਇੱਕਦਮ ਪ੍ਰਾਈਸ ਹਾਈਕ ਹੋ ਗਏ ਕੀ ਉਹ ਸਪਲਾਈ ਲਾਈਨ ਬੈਕ ਟੂ ਨੋਰਮਲ ਹੋਈ ਆ ਕਿ ਅਜੇ ਵੀ ਸਾਡੇ ਜਿਹੜੇ ਟਰੱਕਾਂ ਵਾਲੇ ਵੀਰ ਭਰਾ ਨੇ ਅਜੇ ਵੀ ਉਹ ਸਫ਼ਰ ਕਰਨਾ ਪੈ ਰਿਹਾ ਉਹਨਾਂ ਨੂੰ ਲੌਂਗ ਵੇਟਿੰਗ ਲਾਈਨ 'ਚ ਲੱਗਣਾ ਪੈ ਰਿਹਾ ਨਹੀਂ ਭਾਅ ਜੀ ਹਾਲੇ ਵੀ ਸਪਲਾਈ ਸਟਿਲ ਸੇਮ ਹੀ ਆ ਹਾਲੇ ਵੀ ਟਰੱਕ ਨਹੀਂ ਮਿਲ ਰਿਹਾ ਸਾਰੇ ਬੁਕਿੰਗ 'ਤੇ ਮਿਲ ਰਹੇ ਆ ਹਾਂਜੀ ਅਤੇ ਟਰੱਕਾਂ ਦੀ ਜਿਹੜੀ ਪ੍ਰਾਈਸ ਆ ਉਹ ਅੱਗੇ ਨਾਲੋਂ ਵਧੀ ਆ ਪਰ ਇਹਨਾਂ ਦੇ ਘਟਣ ਦੇ ਚਾਂਸ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਅੱਗੇ ਤੋਂ ਹੋਰ ਜ਼ਿਆਦਾ ਵਧੂਗੀ ਪ੍ਰਾਈਸ ਠੀਕ ਹੈ ਜੀ ਕੀ ਇਹ ਸਿਰਫ ਟਰੱਕਾਂ ਦੇ ਨਾਲ ਹੀ ਸਮੱਸਿਆ ਹੈ ਕਿ ਇਹ ਜਿਵੇਂ ਆਪਾਂ ਕਹੀਏ ਕਿ ਟ੍ਰੇਲਰਸ ਆ ਜਾਂ ਟਰੱਕਾਂ ਦੇ ਜਿਹੜੇ ਪਾਰਟਸ ਆ ਰਾਈਟ ਉਹਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਸ਼ੋਰਟੇਜ ਚੱਲ ਰਹੀ ਹੈ ਭਾਅ ਜੀ ਹਰ ਇੱਕ ਚੀਜ਼ ਦੀ ਸ਼ੋਰਟੇਜ ਚੱਲ ਰਹੀ ਹੈ ਜਿਹਦੇ ਕਰਕੇ ਪ੍ਰਾਈਸਾਂ ਅੱਪ ਜਾ ਰਹੀਆਂ ਚਾਹੇ ਟ੍ਰੇਲਰ ਲੈ ਲਓ ਟਰੱਕ ਲੈ ਲਓ ਚਾਹੇ ਇਹਨਾਂ ਦੇ ਪਾਰਟਸ ਲੈ ਲਓ ਹਰ ਇੱਕ ਚੀਜ਼ ਦੀ ਪ੍ਰਾਈਸ ਅੱਪ ਜਾ ਰਹੀ ਈਵਨ ਕਿ ਰਿਪੇਅਰ ਵੀ ਟਰੱਕਾਂ ਦੀ ਮਹਿੰਗੀ ਪੈ ਰਹੀ ਹੈ ਅੱਗੇ ਨਾਲੋਂ ਰਾਈਟ ਸੋ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਰਿਪੇਅਰਸ ਦੇ ਉੱਪਰ ਵੀ ਜਿਹੜੇ ਖਰਚੇ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਵੱਧ ਚੁੱਕੇ ਜੀ ਠੀਕ ਹੈ ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਟਰੱਕਿੰਗ ਕੰਪਨੀ ਦੇ ਕਾਰਪੋਰੇਸ਼ਨਸ ਦੇ ਓਨਰ ਅਤੇ ਓਨਰ ਓਪਰੇਟਰਸ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਟਾਈਮ ਬੜੀਆਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਾਹੇ ਉਹ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਚਾਹੇ ਉਹ ਨਵੇਂ ਡਰਾਈਵਰਸ ਦਾ ਸੇਫਟੀ ਨੂੰ ਲੈ ਕੇ ਕੰਪਰੋਮਾਈਜ਼ ਹੋਣਾ ਅਤੇ ਚਾਹੇ ਟਰੱਕਿੰਗ ਦੇ ਸਪਲਾਈ ਲਾਈਨ ਜਾਂ ਪਾਰਟਸ ਹਾਂ ਇਸ ਤੋਂ ਵੱਧ ਕਿ ਅਗਰ ਗੱਲ ਕਰੀਏ ਤਾਂ ਅਸੀਂ ਗੱਲ ਕਰਦੇ ਹਾਂ AB5 ਦੇ ਉੱਪਰ ਸੋ AB5 ਵੀ ਇੱਕ ਐਸਾ ਖਤਰਾ ਜਿਹਦੇ ਬੱਦਲ ਹੁਣ ਕਹਿ ਸਕਦੇ ਹਾਂ ਕਿ ਮੰਡਰਾਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ AB5 ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਊਬਰ ਜਾਂ ਡੋਰਡੈਸ਼ ਵਰਗੀਆਂ ਕੰਪਨੀਜ਼ ਤੋਂ ਹੋਈ ਸੀ ਜਿਹਦੇ ਵਿੱਚ ਜਦੋਂ ਉਹਨਾਂ ਦੇ ਆਡਿਟ ਹੋਏ ਪਤਾ ਲੱਗਾ ਕਿ ਉਹਨਾਂ ਦੇ ਵਰਕਰਸ ਦਾ ਜਿਹੜਾ ਸ਼ੋਸ਼ਣ ਹੈ ਉਹ ਹੋ ਰਿਹਾ ਸੋ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਕਿਤਾਬ ਟਰੱਕਿੰਗ ਵਾਲੇ ਸਾਈਡ 'ਤੇ ਖੁੱਲ੍ਹੀ ਅਤੇ ਦੇਖਣ 'ਚ ਆਇਆ ਕਿ ਇੱਧਰ ਵੀ ਜਿਹੜਾ ਸਰਕਾਰ ਨੂੰ ਹੈ ਕੈਲੀਫੋਰਨੀਆ ਸਟੇਟ ਨੂੰ ਹਰ ਸਾਲ $6 billion ਦਾ ਘਾਟਾ ਪੈ ਰਿਹਾ ਸੋ ਦੇਖਦੇ ਹਾਂ ਕਿ ਇਹ AB5 ਜਿਹੜਾ ਅਸੈਂਬਲੀ ਬਿੱਲ 5 ਜਿਹੜਾ ਉਹ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਟਰੱਕਿੰਗ ਇੰਡਸਟਰੀ ਦੇ ਜਿਹੜੇ ਵੀਰ ਭਰਾ ਨੇ ਉਹਨਾਂ ਨੂੰ ਪ੍ਰਭਾਵਿਤ ਕਰੇਗਾ ਸੋ ਥੈਂਕ ਯੂ ਸੋ ਗੁਰਜੀਤ ਸਿੰਘ ਜੀ ਇੱਕ ਪੁਆਇੰਟ ਮੈਂ ਇੱਥੇ ਡਿਸਕਸ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਪਿਛਲੇ ਕੁਝ ਦਿਨਾਂ ਦੇ ਵਿੱਚ August 25 ਨੂੰ ਗਵਰਨਰ ਗੈਵਿਨ ਨਿਊਸਮ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਕੈਲੀਫੋਰਨੀਆ ਦੇ ਵਿੱਚ 2026 ਤੱਕ ਜਿਹੜੀ ਹੈ ਇਲੈਕਟ੍ਰਿਕ ਕਾਰਾਂ ਦੀ ਜਿਹੜੀ ਹੈ ਉਹ ਸੇਲ 35% ਅਤੇ ਤਕਰੀਬਨ 2035 ਤੱਕ ਆਉਂਦੇ ਆਉਂਦੇ ਕੈਲੀਫੋਰਨੀਆ ਦੇ ਵਿੱਚੋਂ ਡੀਜ਼ਲ ਅਤੇ ਪੈਟਰੋਲ 'ਤੇ ਚੱਲਣ ਵਾਲੀਆਂ ਦੀ ਜਿਹੜੀ ਕਾਰਾਂ ਦੀ ਗਿਣਤੀ ਹੈ ਉਹ ਟੋਟਲ ਕੱਟ ਆਫ ਕਰ ਦਿੱਤੀ ਜਾਊਗੀ ਜਿਸ ਦਾ ਮਤਲਬ ਇਹ ਆ ਕਿ 2035 ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਕੇਵਲ 32 'ਤੇ ਚੱਲਣ ਵਾਲੀਆਂ ਗੱਡੀਆਂ ਹੀ ਇਸਤੇਮਾਲ ਕੀਤੀਆਂ ਜਾਣਗੀਆਂ ਇਸ ਦਾ ਟਰੱਕਿੰਗ ਇੰਡਸਟਰੀ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਕੀ ਟਰੱਕਿੰਗ ਇੰਡਸਟਰੀ ਵੀ ਉਸ ਤਰਫ ਜਾਣ ਨੂੰ ਤਿਆਰ ਹੈ ਹਾਂਜੀ ਜਗਦੀਸ਼ ਸਿੰਘ ਜੀ ਜਿਹੜੀ ਟਰੱਕਿੰਗ ਇੰਡਸਟਰੀ ਹੈ ਬਿਲਕੁਲ ਜਾਊਗੀ ਇਲੈਕਟ੍ਰੋਨਿਕ ਵਹੀਕਲ ਵਾਲੇ ਪਾਸੇ ਵੀ ਜਿਵੇਂ ਕਿ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਸੋ ਉਹਨਾਂ ਨੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਜਿਹੜੀ ਟਰੱਕਿੰਗ ਇੰਡਸਟਰੀ ਹੈ ਲੋਕ ਜਿਹੜੇ ਆਲਰੇਡੀ ਆਰਡਰ ਕਰ ਵੀ ਚੁੱਕੇ ਨੇ ਜਿਵੇਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਆਲਮੋਸਟ 1,000 ਦੇ ਹਿਸਾਬ ਨਾਲ ਇਲੈਕਟ੍ਰੋਨਿਕ ਵਹੀਕਲ ਆਰਡਰ ਕਰ ਰਹੀਆਂ ਨੇ ਸੋ ਆਉਣ ਵਾਲੇ ਟਾਈਮ ਵਿੱਚ ਤੁਸੀਂ ਵੇਖੋਗੇ ਕਿ ਜਿਹੜੀ ਟਰੱਕਿੰਗ ਇੰਡਸਟਰੀ ਹੈ ਇਹ ਵੀ ਵਹੀਕਲ ਜਿਹੜੇ ਇਲੈਕਟ੍ਰੋਨਿਕ ਆ ਉਹਨਾਂ ਦਾ
ਸੁਖਜੀਤ ਸਿੰਘ ਜੀ, ਦੇਖਿਆ ਗਿਆ ਕਿ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੋ ਟਰੱਕਾਂ ਦੀ ਪਾਰਕਿੰਗ ਹੈ ਉਹਦੀ ਸਮੱਸਿਆ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ, ਚਾਹੇ ਉਹ ਰੈਸਟ ਏਰੀਏ ਨੇ, ਚਾਹੇ ਟਰੈਵਲ ਪਲਾਜ਼ੇ ਤੇ, ਚਾਹੇ ਉਹ ਗੈਸ ਸਟੇਸ਼ਨ, ਕਿਤੇ ਵੀ ਪਾਰਕਿੰਗ ਦੀ ਜਿਹੜੀ ਆ ਉਹ ਸਮੱਸਿਆ ਇਸ ਕਦਰ ਵੱਧ ਰਹੀ ਹੈ ਕਿ ਡਰਾਈਵਰ ਜਿਹੜੇ ਆ ਉਹ ਮਜਬੂਰਨ ਉਹਨਾਂ ਨੂੰ ਸੇਫਟੀ ਨਾਲ ਕੰਪਰੋਮਾਈਜ਼ ਕਰਦੇ ਹੋਏ ਜਿਹੜੇ ਹਾਈਵੇਜ਼ ਦੇ ਸਾਈਡ 'ਤੇ, ਸ਼ੋਲਡਰਸ 'ਤੇ ਅਨਸੇਫ ਪਲੇਸਿਸ ਦੇ ਉੱਪਰ ਜਿਹੜੇ ਆ ਉਹ ਆਪਣੇ ਟਰੱਕ ਪਾਰਕ ਕਰਨੇ ਪੈ ਰਹੇ ਨੇ। ਇਹਦੇ ਵਿੱਚੋਂ ਨਿਕਲਣ ਵਾਸਤੇ ਇਹਦਾ ਕੀ ਹੱਲ ਆ, ਇਹ ਕਿਵੇਂ ਆਪਣੇ ਡਰਾਈਵਰ ਵੀ ਇਸ ਚੀਜ਼ ਦੀ ਸਮੱਸਿਆ ਦੇ ਵਿੱਚੋਂ ਲੰਘ ਸਕਦੇ ਹਨ? ਹਾਂਜੀ ਜਗਦੀਸ਼ ਸਿੰਘ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜਿਹੜੇ ਪਾਰਕਿੰਗ ਇਸ਼ੂ ਨੇ ਇਹ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਕਰਦੇ ਨੇ ਟਰੈਕਿੰਗ ਵਾਸਤੇ। ਸੋ ਜਿਹੜੀ ਆਲਮੋਸਟ ਕਹਿੰਦੇ ਕਿ 500,000 ਤੋਂ ਜ਼ਿਆਦਾ ਜਿਹੜੀ ਪਾਰਕਿੰਗ ਦੀ ਸ਼ੋਰਟੇਜ ਚੱਲ ਰਹੀ ਹੈ, ਅਤੇ ਇਹਦੇ ਕਾਰਨ ਜਦੋਂ ਡਰਾਈਵਰ ਜਿਹੜਾ ਅਨਸੇਫ ਜਗ੍ਹਾ 'ਤੇ ਪਾਰਕ ਕਰਦਾ ਉਹਦੇ ਨਾਲ ਬਹੁਤ ਵੱਡੇ ਇਸ਼ੂ ਹੁੰਦੇ ਨੇ, ਅਤੇ ਜਿਹੜਾ ਆਈਡਲ ਆ ਗਰਮੀ ਕਰਕੇ ਟਰੈਕਿੰਗ ਵਿੱਚ ਆਈਡਲ ਵੀ ਕਰਨਾ ਪੈਂਦਾ, ਉਹਦੇ ਕਰਕੇ ਜਿਹੜੇ ਲੋਕਲ ਜਿਹੜੇ ਰੈਜੀਡੈਂਸੀ ਏਰੀਆ ਵਾ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਆਮ ਲੋਕਾਂ ਨੂੰ। ਸੋ ਦੋਸਤੋ, ਟਰੈਕਿੰਗ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਕੁਝ ਸਮੇਂ ਤੋਂ ਤਾਂ ਚੱਲਦੀਆਂ ਹੀ ਆ ਰਹੀਆਂ ਨੇ, ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਟਰੈਕਿੰਗ ਦੇ ਵਿੱਚ ਜਿਹੜੇ ਉਤਾਰ ਅਤੇ ਚੜਾਅ ਜਿਹੜੇ ਆ ਉਹ ਸਮੇਂ ਦੇ ਨਾਲ ਚੱਲਦੇ ਹੀ ਰਹਿੰਦੇ ਹਨ, ਪਰ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਉਹ ਹੈ ਸੇਫਟੀ। ਸੋ ਸਾਡੀ ਸਾਰੇ ਹੀ ਡਰਾਈਵਰ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਸੇਫਟੀ ਦਾ ਜਿਹੜਾ ਕੰਸਰਨ ਆ ਉਹ ਤੁਸੀਂ ਪਹਿਲ ਦੇ ਆਧਾਰ 'ਤੇ ਉਹਨੂੰ ਤੁਸੀਂ ਪ੍ਰਾਇਓਰਿਟੀ ਜ਼ਰੂਰ ਦੇਣੀ, ਅਤੇ ਆਪਣੀ ਅਤੇ ਹਾਈਵੇ ਦੇ ਉੱਪਰ ਚੱਲ ਰਹੇ ਬਾਕੀ ਵਾਹਨਾਂ ਦੀ ਵੀ ਜਿਹੜੀ ਸੇਫਟੀ ਨੂੰ ਨਜ਼ਰ 'ਚ ਰੱਖਦੇ ਹੋਏ ਤੁਸੀਂ ਉਸਨੂੰ ਫੋਲੋਅਪ ਰੂਲਸ ਐਂਡ ਰੈਗੂਲੇਸ਼ਨਸ ਨੂੰ ਜਿਹੜਾ ਉਹ ਜ਼ਰੂਰ ਫੋਲੋਅਪ ਰੱਖੋ। ਅਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਗਰ ਅਸੀਂ ਕੋਈ ਵੀ ਮੁੱਦਾ ਜਿਹੜਾ ਮੇਨ ਮੁੱਦਾ ਜੇ ਕੋਈ ਅਸੀਂ ਮਿਸ ਕਰ ਗਏ ਹਾਂ, ਸੋ ਕਮੈਂਟਸ ਦੇ ਵਿੱਚ ਉਸ ਦਾ ਜ਼ਿਕਰ ਕਰਨਾ ਤੁਸੀਂ ਨਾ ਭੁੱਲਣਾ, ਤਾਂ ਕਿ ਅਸੀਂ ਅਗਲੇ ਆਉਣ ਵਾਲੇ ਐਪੀਸੋਡਸ ਦੇ ਵਿੱਚ ਉਸਦਾ ਜ਼ਿਕਰ ਆਪ ਜੀ ਦੇ ਨਾਲ ਜ਼ਰੂਰ ਕਰੀਏ। ਥੈਂਕ ਯੂ।